ਹੁਣ ਘੰਟੇ ਵਾਦੋਂ ਜਿਹੜੀ ਫਾਇਰ ਬ੍ਰਿਗੇਡ ਪਹੁੰਚੀ ਆ ਤਕਰੀਬਨ ਫਾਇਰ ਬ੍ਰਿਗੇਡ ਆ ਜਿਹੜੀ ਇੱਕ ਘੰਟੇ ਵਾਦੋਂ ਆਈ ਆ ਪਰ ਚਲੋ ਵਾਹਿਗੁਰੂ ਮਿਹਰ ਕਰੇ ਹੈ ਨਾ ਬੁਝਾਵੇ ਅੱਗ ਪਰ ਨੁਕਸਾਨ ਆ ਜਿਹੜਾ ਲੱਖਾਂ ਕਰੋੜਾਂ ਦਾ ਹੋ ਚੁੱਕਿਆ ਹੈਗਾ ਵੀਰ ਦਾ ਅੰਦਰ ਜਿਹੜੇ ਆਪਣੇ ਫਰਿੱਜ ਆ ਉਹਨਾਂ 'ਚ ਵੀ ਗੈਸ ਹੁੰਦੀ ਅੰਦਰ ਸਿਲੰਡਰ ਵੀ ਪਿਆ ਅੰਦਰ ਪਰਿਵਾਰ ਵੀ ਰਹਿੰਦਾ ਸੀਗਾ ਪਰ ਜਿਹੜਾ ਪਰਿਵਾਰ ਆ ਉਹਨੂੰ ਬਚਾ ਲਿੱਤਾ ਗਿਆ ਇਹ ਸਹਿਰ ਭਗਤਾ ਭਾਈ ਕਾ ਜਿੱਥੇ ਭੂਤਾਂ ਨੇ ਖੂਹ ਲਾਇਆ ਸੀਗਾ ਜ਼ਿਲ੍ਹਾ ਬਠਿੰਡਾ ਪੰਜਾਬ ਰੇਡੀਓ ਹਾਊਸ ਅੰਦਰ ਦੱਸਿਆ ਜਾ ਰਿਹਾ ਗਾ ਵੀ ਅੰਦਰ ਗੈਸ ਸਿਲੰਡਰ ਵੀ ਪਏ ਨੇਗੇ ਦੋ ਫਾਇਰ ਬ੍ਰਿਗੇਡ ਜਿਹੜੀਆਂ ਇੱਕ ਘੰਟੇ ਵਾਧੋ ਪਹੁੰਚੀਆਂ ਨੇ ਤਕਰੀਬਨ ਇੱਕ ਘੰਟੇ ਵਾਧੋ ਦੋ ਫਾਇਰ ਬ੍ਰਿਗੇਡ ਜਿਹੜੀਆਂ ਪਹੁੰਚੀਆਂ ਨੇ ਇੱਥੇ ਜਦਕਿ ਜਿਹੜਾ ਸਾਰੀ ਸੜਕੇ ਸਵਾਹ ਹੋ ਗਿਆ ਉਸ ਤੋਂ ਬਾਅਦ ਜਿਹੜੀ ਫਾਇਰ ਬ੍ਰਿਗੇਡ ਪਹੁੰਚੀ ਆ ਜਦੋਂ ਸਾਰੀ ਦੁਕਾਨਾਂ ਹੀ ਸੜ ਗਈਆਂ ਨੀਚੇ ਤੋਂ ਤਿੰਨ ਮੰਜ਼ਲੀ ਚਾਰ ਮੰਜ਼ਲੀ ਆ ਉਸ ਤੋਂ ਬਾਅਦ ਜਿਹੜੀ ਫਾਇਰ ਬ੍ਰਿਗੇਡ ਆ ਉਹ ਪਹੁੰਚੀ ਆ ਗਈ ਪਰ ਹੁਣ ਬੁਲਾਕੇ ਕਰਨਗੇ ਕਿ ਜਦੋਂ ਸਾਰਾ ਕੁਝ ਸੜਕੀ ਸਵਾਹ ਹੋ ਗਿਆ ਪਰ ਚਲੋ ਡੂਢ ਘੰਟੇ ਬਾਅਦ ਆ ਬਾਈ ਨੂੰ ਪੁੱਛ ਲਓ ਡੇਢ ਘੰਟੇ ਵਾਧੂ ਆਈਆਂ ਨੇ ਕਹਿੰਦਾ ਡੇਢ ਘੰਟਾ ਹੋ ਗਿਆ ਉਦੋਂ ਪਹਿਲਾਂ ਵੀ ਅਸੀਂ ਅੱਧਾ ਘੰਟਾ 40 ਮਿੰਟ ਪਹਿਲਾਂ ਤੁਹਾਨੂੰ ਲੈਬ ਦਿਖਾ ਕੇ ਹਟੇ ਹਾਂ ਪਰ ਹੁਣ ਦੁਬਾਰਾ ਫੇਰ ਆ ਜਿਹੜੀ ਅੱਗ ਉਹ ਵੱਧਦੀ ਤੁਰੀ ਜਾਂਦੀ ਰਹੀ ਆ ਅੰਦਰ ਨੂੰ ਜਿਹੜਾ ਸਾਈਡ 'ਤੇ ਜਿਹੜਾ ਉਹਨਾਂ ਦੇ ਪਰਿਵਾਰ ਰਹਿੰਦੇ ਨੇ ਬਾਈ ਹੁਣ ਫਾਇਰ ਬ੍ਰਿਗੇਡ ਆਈਆਂ ਨੇ ਕੀ ਕਹਿਣਾ ਚਾਹੁੰਦੇ ਹੁਣ ਇਹ ਆ ਗਈਆਂ ਸਰਕਾਰ ਨੇ ਭੇਜਤੀਆਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖ ਲਓ ਕਿਸਾਨਾਂ ਦੇ ਜਿਹੜਾ ਅੰਦਰ ਦਰਦ ਆ ਉਹ ਕਹਿੰਦੇ ਆ ਵੀ ਸਾਈਡਾਂ ਵਾਲੇ ਬਚ ਜਾਣ ਫਿਰ ਵੀ ਉਹਨਾਂ ਦੇ ਅੰਦਰ ਦਰਦ ਹੈ ਕਿਉਂਕਿ ਉਹਨਾਂ ਦਾ ਕਿਸੇ ਨਾਲ ਵੀ ਵਿਰੋਧ ਨਹੀਂ ਨਾ ਹਿੰਦੂ ਨਾਲ ਨਾ ਮੁਸਲਮਾਨ ਨਾ ਨਾ ਇਸਾਈ ਨਾਲ ਇਹ ਕਹਿੰਦੇ ਆ ਵੀ ਚਲੋ ਬਿਲਕੁਲ ਪਰਿਵਾਰ ਆ ਜਿਹੜਾ ਉਹ ਕੱਢ ਲਿੱਤਾ ਗਿਆ ਤਕਰੀਬਨ ਬਰਾੜ ਸਾਹਿਬ ਡੇਢ ਘੰਟਾ ਹੋ ਗਿਆ ਡੇਢ ਘੰਟੇ ਵਾਧੋ ਸਾਰੀ ਸੜਕੇ ਸਵਾਹ ਹੋ ਗਿਆ ਦੋ ਫਾਇਰ ਬ੍ਰਿਗੇਡ ਪਹੁੰਚੀਆਂ ਨੇ ਉਹ ਵੀ ਅਜੇ ਦੇਖੀ ਜਾਂਦੇ ਆ ਵੀ ਭਜਾਈਏ ਜਾਂ ਨਾ ਭਜਾਈਏ ਅੱਜ ਦੱਸਿਆ ਜਾ ਰਿਹਾ ਵੀ ਇਹਨਾਂ ਦੀ ਮਾਦਰਾ ਜਿਹੜੀ ਉਹਨਾਂ ਦੀ ਵੀ ਡੈਥ ਹੋਈ ਸੀ ਅੱਜ ਭੋਗ ਪਿਆ ਸੀ ਉਹਨਾਂ ਦਾ ਕਰੋਨਾ ਮਹਾਂਮਾਰੀ ਕਰਕੇ ਬਿਮਾਰ ਚੱਲ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਸੀ ਅੱਜ ਭੋਗ ਪਿਆ ਜਦੋਂ ਵੈਸੇ ਮਾਈ ਚੱਲ ਜੇ ਹੈ ਨਾ ਤਾਂ ਉਹ ਘਰ ਦੇ ਵਿੱਚ ਕੁਛ ਨਹੀਂ ਰਹਿ ਜਾ ਸਕਦਾ ਉੱਤੋਂ ਇਹ ਇੱਕ ਕਹਿਰ ਵਰਪਰ ਗਿਆ ਜਿਹੜਾ ਜਿਹਦੇ ਉੱਤੇ ਵਿਚਾਰੇ ਰੋਟੀ ਖਾਂਦੇ ਸੀ ਉਹ ਸਾਰਾ ਉਹਦੇ ਨਾਲ ਹੀ ਲੈਣ ਦੇਣ ਚੱਲਦਾ ਸੀ ਕਿਉਂਕਿ ਜਿਹੜੇ ਮਹਾਜਨ ਹੁੰਦੇ ਆ ਇਹਨਾਂ ਦਾ ਜ਼ਿਆਦਾਤਰ ਦੁਕਾਨਾਂ ਦੇ ਨਾਲ ਹੀ ਲੈਣ ਦੇਣ ਚੱਲਦਾ ਇਹ ਸ਼ਹਿਰ ਭਗਤਾ ਭਾਈ ਕਈ ਜ਼ਿਲ੍ਹਾ ਬਠਿੰਡਾ ਜਿਹੜਾ ਭੂਤਾਂ ਨੇ ਖੂਹ ਲਾਇਆ ਸੀਗਾ ਉਹ ਸ਼ਹਿਰ ਆ ਇਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਫਾਇਰ ਬ੍ਰਿਗੇਡ ਤਕਰੀਬਨ ਡੇਢ ਘੰਟੇ ਵਾਧੋ ਪਹੁੰਚੀਆਂ ਨੇ ਦੋ ਪਰ ਸੜਕੇ ਸਾਰਾ ਕੁਝ ਸਵਾਹ ਹੋ ਗਿਆ ਅਜੇ ਤੱਕ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ ਅਜੇ ਤੱਕ ਤੁਸੀਂ ਦੇਖੋ ਥੱਲਿਓਂ ਪਾਣੀ ਦਾ ਦੇਖ ਰਹੇ ਨੇ ਅਜੇ ਤੱਕ ਇਹਨਾਂ ਨੇ ਜਿਹੜੀਆਂ ਸੀੜੀਆਂ ਨੇ ਫਾਇਰ ਬ੍ਰਿਗੇਡ ਜਿਹੜੀਆਂ ਪੌੜੀਆਂ ਨੇ ਉਹ ਵੀ ਨਹੀਂ ਖੋਲੀਆਂ ਹੈਗੀਆਂ ਵੀ ਉੱਪਰ ਜਾ ਕੇ ਅਸੀਂ ਪਾਣੀ ਪਾ ਦਈਏ ਕਿਉਂਕਿ ਜਿਹੜੀ ਅੱਗ ਆ ਉਹ ਅੰਦਰ ਤੱਕ ਗਈ ਪਈ ਆ ਦੇਖ ਸਕਦੇ ਨੌਜਵਾਨ ਆਪਣੇ ਤੌਰ 'ਤੇ ਲੱਗੇ ਹੋਏ ਨੇਗੇ ਫਾਇਰ ਬ੍ਰਿਗੇਡ ਵਾਲਾ ਤਾਂ ਇੱਕ ਅੱਧਾ ਹੀ ਆ ਨਾਲ ਪਰ ਉਹਨਾਂ ਦੇ ਬੱਸ ਦੀ ਗੱਲ ਨਹੀਂ ਇਹ ਇਹ ਪਿੰਡ ਦੇ ਸ਼ਹਿਰ ਦੀ ਨੌਜਵਾਨ ਆ ਭਗਤੇ ਭਾਈ ਦੇ
ਕੋਈ ਵੀ ਜਿਹੜੀ ਸਰਕਾਰੀ ਸਹੂਲਤਾਂ ਨੇ ਉਹ ਵੀ ਬੇਕਾਰ ਨੇ ਰੱਦੀ ਮਾਲਾ ਅਸੀਂ ਰੱਦੀ ਕਵਾਂਗੇ ਅਜੇ ਤੱਕ ਜਿਨ੍ਹਾਂ ਨੇ ਤਕਰੀਬਨ 20 ਮਿੰਟ ਹੋ ਗਏ ਪਹੁੰਚੇ ਨੂੰ ਅਜੇ ਤੱਕ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ ਵੀਰ ਬਹੁਤ ਮਾੜਾ ਹੋਇਆ ਸਾਨੂੰ ਵੀ ਸੋ ਅਫਸੋਸ ਹੈਗਾ ਬਹੁਤ ਦੁੱਖ ਦੀ ਗੱਲ ਆ ਕਿਉਂਕਿ ਜ਼ਿਆਦਾਤਰ ਜਿਹੜੇ ਆਪਣੇ ਮਹਾਜਨ ਆ ਉਹਨਾਂ ਦੀ ਰੋਟੀ ਦੁਕਾਨਾਂ ਉੱਤੇ ਚੱਲਦੀ ਉਹ ਵੈਸੇ ਕਰੋਨਾ ਕਰਕੇ ਸਾਰਾ ਖੇਡਾਂ ਖਤਮ ਕੀਤਾ ਪਿਆ ਸੀਗਾ ਚਲੋ ਹੁਣ ਫਿਰ ਦੀਗਾ ਵੀ ਦੁਬਾਰੇ ਫਿਰ ਲੋਕਡਾਊਨ ਦੀਆਂ ਤਿਆਰੀਆਂ ਕਰੋਨਾ ਦੇ ਨਾਂ ਦੇ ਉੱਤੇ ਫਿਰ ਤਮਾਸ਼ਾ ਬਣਾਇਆ ਜਾ ਰਿਹਾ ਜਿਹੜੀ ਅੱਗ ਆ ਉਹ ਲਗਾਤਾਰ ਵੱਧਦੀ ਚਲੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਸਾਰਾ ਭਗਤਾ ਸੜਕਾਂ 'ਤੇ ਆਇਆ ਹੋਇਆ ਜਿੱਥੇ ਕਿ ਪੰਜਾਬ ਰੇਡੀਓ ਹਾਊਸ ਦੁਕਾਨ ਨੂੰ ਅੱਗ ਲੱਗ ਗਈ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਸੀਗੀ ਵਿੱਚ ਹੀ ਪਰਿਵਾਰ ਰਹਿੰਦਾ ਸੀਗਾ ਪਰ ਪਰਿਵਾਰ ਕਹਿੰਦੇ ਕੱਢ ਲਿੱਤਾ ਗਿਆ ਲੱਖਾਂ ਕਰੋੜਾਂ ਦਾ ਵੀਰ ਦਾ ਨੁਕਸਾਨ ਹੋ ਗਿਆ ਪਰ ਜਿਹੜਾ ਪਰਿਵਾਰ ਆ ਉਹ ਅੰਦਰੋਂ ਕੱਢ ਲਿੱਤਾ ਗਿਆ ਵਿੱਚ ਇਹਨਾਂ ਦੀ ਰਿਹਾਇਸ਼ ਸੀ ਕਹਿੰਦੇ ਸਾਈਡ 'ਤੇ ਮਕਾਨ ਆ ਉਹਨਾਂ ਦੇ ਬ੍ਰਦਰ ਦਾ ਉੱਧਰੋਂ ਵੀ ਜਿਹੜੇ ਸਾਰੇ ਕੱਢ ਲਿੱਤੇ ਨੇ ਸਾਈਡ 'ਤੇ ਹੋਸਪਿਟਲ ਆ ਇੱਕ ਬਿਲਕੁਲ ਜਿਹੜਾ ਲਾਈਟਰ ਆ ਉਹ ਵੀ ਪਾੜ ਚੁੱਕਿਆ ਹੈਗਾ ਦੇਖ ਸਕਦੇ ਹੋ ਇੰਨੀ ਅੱਗ ਤੇਜ਼ ਆ ਗਈ ਅੰਦਰੋਂ ਬਾਹਲੀ ਚੱਲ ਪਈ ਸਕਦਾ ਅੱਗੇ ਇੰਨੀ ਭਿਆਨਕ ਲੱਗੀ ਹੋਈ ਆ ਜੇ ਦੇਖਿਆ ਜਾਵੇ ਵੀ ਪਾਣੀ ਤੋਂ ਵੀ ਨਹੀਂ ਬੁਝਾਇਆ ਜਾ ਸਕਦਾ ਪਰ ਹਾਲੇ ਤੱਕ ਜਿਹੜੀਆਂ ਫਾਇਰ ਬ੍ਰਿਗੇਡ ਦੇ ਉੱਤੇ ਪੌੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੇ ਖੋਲ੍ਹੀਆਂ ਨਹੀਂ ਹੈਗੀਆਂ ਤਕਰੀਬਨ 1.5 ਘੰਟੇ ਬਾਅਦ ਤੋਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬਰਾੜ ਸਾਹਿਬ ਪਹੁੰਚੀਆਂ ਨੇਗੀਆਂ ਪਰ ਸਾਰੇ ਸੜ ਕੇ ਸਵਾਹ ਹੋ ਗਿਆ ਅੱਗ ਦੇ ਉੱਤੇ ਇਹਨਾਂ ਤੋਂ ਕਾਬੂ ਹਾਲੇ ਤੱਕ ਵੀ ਨਹੀਂ ਪਾਇਆ ਜਾ ਸਕਦਾ ਮੈਂ ਤੁਹਾਨੂੰ ਇੱਕ ਨਜ਼ਰ ਮਰਵਾਉਣਾ ਸਾਰਾ ਭਗਤਾ ਸਾਹਿਬ ਆ ਜਿਹੜਾ ਇੱਥੇ ਪੰਜਾਬ ਰੇਡੀਓ ਹਾਊਸ ਉਹਨਾਂ ਨਾਲ ਹਮਦਰਦੀ ਇੱਕ ਦੁੱਖ ਦੀ ਘੜੀ ਵਿੱਚੋਂ ਹਰ ਇੱਕ ਚਿਹਰੇ ਦੇ ਉੱਤੇ ਖਾਮੋਸ਼ੀ ਆ ਵੀ ਯਾਰ ਇੰਨਾ ਨੁਕਸਾਨ ਹੋ ਗਿਆ ਚਲੋ ਜਾਨੀ ਨੁਕਸਾਨ ਦੀ ਆ ਵੀ ਜਿਹੜਾ ਉਹ ਬਚ ਗਏ ਸਾਰੇ ਪਿੰਡ ਦੇ ਨੌਜਵਾਨ ਆਪਣੇ ਤੌਰ 'ਤੇ ਲੱਗੇ ਹੋਏ ਆ ਮੈਨੂੰ ਲੱਗਦਾ ਜਿਹੜਾ ਫਾਇਰ ਬ੍ਰਿਗੇਡ ਦੇ ਨਾਲ ਇੱਕ ਦੋ ਜਾਣੀ ਪਹੁੰਚਿਆ ਗਏ ਸਾਡੇ ਨਾਲ ਖੜਾ ਖੜਨ ਲੱਗ ਪਿਆ ਹੋ
ਭਗਤਾ ਭਾਈਕਾ ਜੀ ਜ਼ਿਲ੍ਹਾ ਬਠਿੰਡਾ ਜਿੱਥੇ ਭੂਤਾਂ ਨੇ ਖੂਹ ਲਾਇਆ ਸੀਗਾ ਉਹ ਸ਼ਹਿਰ ਹੈ ਜ਼ਿਲ੍ਹਾ ਬਠਿੰਡਾ ਦੇ ਵਿੱਚ। ਤਕਰੀਬਨ ਜਿਹੜੀ ਅੱਗ ਅੱਗੇ ਤੋਂ ਤਾਂ ਬੁਝਦੀ ਨਜ਼ਰ ਆ ਰਹੀ ਆ ਪਰ ਦੁਕਾਨਾਂ ਲੰਬੀਆਂ ਹੋਣ ਕਾਰਨ ਕਿਸੇ ਤੱਕ ਅੱਗ ਆ ਜਿਹੜੀ ਪਹੁੰਚੀ ਹੋਈ ਆ ਪਰ ਫਾਇਰ ਬ੍ਰਿਗੇਡ ਵੀ ਇਹ ਸਿੰਚਾਈ ਆ ਉਦੋਂ ਪਹੁੰਚਿਆ ਨੇ ਜਦੋਂ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ। ਤਕਰੀਬਨ ਘੰਟੇ ਡੇਢ ਘੰਟੇ ਬਾਅਦ ਫਾਇਰ ਬ੍ਰਿਗੇਡ ਪਹੁੰਚੀਆਂ ਨੇ ਸਾਈਡ 'ਤੇ ਵੀ ਉਹਨਾਂ ਦਾ ਪਰਿਵਾਰ ਰਹਿੰਦਾ ਸੀਗਾ ਸਾਹਮਣੇ ਦੇਖ ਸਕਦੇ ਹੋ ਤੁਸੀਂ। ਦੇਖ ਸਕਦੇ ਹੋ ਤੁਸੀਂ ਜਿਹੜਾ ਸੁਣਨ 'ਤੇ ਆ ਰਿਹਾ ਜਿਹੜਾ ਪਰਿਵਾਰ ਸੀਗਾ ਪਿੱਛੋਂ ਕੰਧ ਭੰਨ ਕੇ ਕੱਢਿਆ ਗਏ ਕਿਉਂਕਿ ਅੱਗੇ ਤਾਂ ਇੰਨੀ ਅੱਗ ਬਾਜ਼ੀ ਸੀ ਪਿੱਛੋਂ ਪਰਿਵਾਰ ਨੂੰ ਕੰਧ ਭੰਨ ਕੇ ਕੱਢਿਆ ਗਿਆ ਗਾ ਜਿਹੜਾ ਤਾਂ ਇਹਨਾਂ ਦਾ ਨਾਂਗਾ ਸੀਗਾ ਕਹਿੰਦੇ ਦੁਕਾਨ ਦੇ ਵਿੱਚ ਵੀ ਸੀਗਾ ਜਿਹੜਾ ਆਉਣਾ ਜਾਣਾ ਸੀ ਦੁਕਾਨ ਵਿੱਚ ਵੀ ਕਰਦੇ ਸੀਗੇ ਪਰ ਜਿਹੜੀ ਅੱਗ ਆ ਉਹ ਪਿੱਛੇ ਤੱਕ ਪਹੁੰਚ ਚੁੱਕੀ ਹੈਗੀ ਉੱਤੋਂ ਤਾਂ ਕਾਬੂ ਪਾ ਲਿਆ ਪਰ ਜਿਹੜੀ ਪਿੱਛੇ ਆ ਜਿਹੜਾ ਦੁਬਾਰੇ ਅੱਗ ਫੇਰ ਵੱਧਦੀ ਤੁਰੀ ਜਾ ਰਹੀ ਆ ਦੁਬਾਰੇ ਫੇਰ ਵੱਧਦੀ ਤੁਰੀ ਜਾ ਰਹੀ ਆ ਫਾਇਰ ਬ੍ਰਿਗੇਡ ਆ ਉਹ ਵੀ ਫੇਲ ਹੀ ਸਾਬਤ ਹੁੰਦੀਆਂ ਦਿਖ ਰਹੀਆਂ ਨੇ ਕਿਉਂਕਿ ਜਿਹੜਾ ਅੱਗ ਦਾ ਦਬਾਅ ਪਿੱਛੇ ਤੱਕ ਵਧਿਆ ਹੋਇਆ ਗਾ ਅਜੇ ਤੱਕ ਇਹਨਾਂ ਨੇ ਪੌੜੀਆਂ ਉੱਪਰ ਕਰਕੇ ਨਹੀਂ ਦੇਖਿਆ ਵੀ ਅੱਗ ਪਿੱਛੇ ਨੂੰ ਕਿੰਨੀ ਕੁ ਨਾ ਜਿਹੜਾ ਲਾਈਟਰ ਹੈਗਾ ਉੱਪਰੋਂ ਉਹ ਵੀ ਤਿੜ ਚੁੱਕਿਆ ਗਾ ਦੁਬਾਰੇ ਅੱਗ ਆ ਜਿਹੜੀ ਫੇਰ ਵੱਧਦੀ ਜਾ ਰਹੀ ਆ
ਆਜ਼ਾਦੀ ਤੁਰੀ ਜਾ ਰਹੀ ਹੈ। ਖੜੇ ਪੀਤਾ ਖੜੇ ਪੀਤਾ ਖੜੇ।